ਵਿਦਿਆਰਥੀਓ ਅੱਜ ਮੈਂ ਤੁਹਾਨੂੰ 6th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਫਸਟ ਚੈਪਟਰ ਫੂਡ ਵੇਅਰ ਡਜ਼ ਇਟ ਕਮ ਫਰੋਮ ਦਾ ਅਗਲਾ ਪਾਰਟ 1.3 ਕਰਵਾਉਣ ਜਾ ਰਹੀ ਹਾਂ ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 3 ਤੋਂ ਲੈ ਕੇ 5 ਤੱਕ ਹੈ ਅਸੀਂ ਪਹਿਲਾਂ ਪੜ੍ਹਿਆ ਸੀ ਕਿ ਫੂਡ ਕੀ ਹੁੰਦਾ ਹੈ ਵਰਾਇਟੀ ਆਫ ਫੂਡਸ ਕੀ ਨੇ ਠੀਕ ਹੈ ਜੀ ਅਤੇ ਫੂਡਸ ਬਣਾਉਣ ਨੂੰ ਕਿਹੜੇ ਕਿਹੜੇ ਇਨਗਰੀਡੀਐਂਟਸ ਦੀ ਲੋੜ ਪੈਂਦੀ ਹੈ ਗ੍ਰੀਨ ਪਲਾਂਟਸ ਤੋਂ ਸਾਨੂੰ ਕਿਹੜਾ ਫੂਡ ਪ੍ਰਾਪਤ ਹੁੰਦਾ ਹੈ ਅਸੀਂ ਉਹਨਾਂ ਬਾਰੇ ਪੜ੍ਹਿਆ ਸੀ ਹੁਣ ਅਸੀਂ ਗੱਲ ਕਰ ਰਹੇ ਹਾਂ ਜੀ 1.3 ਪਲਾਂਟ ਪਾਰਟਸ ਐਂਡ ਐਨੀਮਲ ਪ੍ਰੋਡਕਟਸ ਐਸ ਫੂਡ ਕਿ ਪੌਦਿਆਂ ਦੇ ਕਿਹੜੇ ਭਾਗ ਅਸੀਂ ਖਾਂਦੇ ਹਾਂ ਭੋਜਨ ਦੇ ਤੌਰ 'ਤੇ ਅਤੇ ਜਾਨਵਰਾਂ ਤੋਂ ਸਾਨੂੰ ਕਿਹੜਾ ਕਿਹੜਾ ਭੋਜਨ ਪ੍ਰਾਪਤ ਹੁੰਦਾ ਹੈ ਅਸੀਂ ਅੱਜ ਇਹਨਾਂ ਬਾਰੇ ਹੀ ਗੱਲ ਕਰਾਂਗੇ ਪਲਾਂਟਸ ਆਰ ਵਨ ਸੋਰਸ ਆਫ ਅਵਰ ਫੂਡ ਵਿੱਚ ਪਾਰਟਸ ਆਫ ਅ ਪਲਾਂਟ ਕਹਿੰਦਾ ਜੀ ਸਾਨੂੰ ਇਹਨਾਂ 'ਤੇ ਪਤਾ ਕਿ ਪੌਦੇ ਸਾਡੇ ਭੋਜਨ ਦਾ ਇੱਕ ਮੁੱਖ ਸੋਮਾ ਹੈ ਪੌਦੇ ਦੇ ਅਸੀਂ ਕਈ ਭਾਗਾਂ ਨੂੰ ਖਾਂਦੇ ਹਾਂ ਦੋਜ਼ ਪਾਰਟਸ ਆਫ ਪਲਾਂਟ ਵੀ ਈਟ ਆਰ ਕਾਲਡ ਈਟੇਬਲ ਕਹਿੰਦਾ ਜੀ ਪੌਦੇ ਦੇ ਜਿਹੜੇ ਭਾਗ ਨੂੰ ਅਸੀਂ ਖਾ ਸਕਦੇ ਹਾਂ ਉਸਨੂੰ ਕੀ ਕਹਿੰਦੇ ਨੇ ਜੀ ਖਾਣ ਯੋਗ ਪਦਾਰਥ ਕਿਹਾ ਜਾਂਦਾ ਹੈ ਜਿਵੇਂ ਇਸ ਡਾਇਗਰਾਮ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੋਵੇਗਾ ਜੀ ਇਸ ਡਾਇਗਰਾਮ ਦੇ ਵਿੱਚ ਕੀ ਹੈ ਇੱਕ ਪਲਾਂਟ ਹੈ ਉਹਦੇ ਵੱਖਰੇ ਵੱਖਰੇ ਪਾਰਟਸ ਨੂੰ ਦੱਸਿਆ ਗਿਆ ਜਿਹੜੇ ਅਸੀਂ ਪਲਾਂਟਸ ਨੂੰ ਦੋ ਪਾਰਟਸ ਵਿੱਚ ਵੰਡਿਆ ਇੱਕ ਹੈਗਾ ਜੀ ਪ੍ਰਾਇਮਰੀ ਸਿਸਟਮ ਇੱਕ ਸ਼ੂਟ ਸਿਸਟਮ ਪ੍ਰਾਇਮਰੀ ਸਿਸਟਮ ਦੇ ਵਿੱਚ ਕੀ ਹੈ ਜੀ ਰੂਟਸ ਹੈ ਅਤੇ ਰੂਟਸ ਕਿੱਥੇ ਪਾਈ ਜਾਂਦੀਆਂ ਨੇ ਜੀ ਉਸਦੀਆਂ ਜ਼ਮੀਨ ਦੇ ਵਿੱਚ ਰੂਟਸ ਕੀ ਹੁੰਦੀਆਂ ਨੇ ਜੜ੍ਹਾਂ ਜੜ੍ਹਾਂ ਕਿੱਥੇ ਪਾਈ ਜਾਂਦੀਆਂ ਨੇ ਜ਼ਮੀਨ ਦੇ ਵਿੱਚ ਇਹ ਕਿੱਥੇ ਹੁੰਦੀ ਗਰਾਊਂਡ ਲੈਵਲ ਦੇ ਵਿੱਚ ਹਾਂਜੀ ਰੂਟਸ ਉੱਪਰ ਕੀ ਹੈ ਜੀ ਸਟੈਂਪ ਹੈ ਜੀ ਪਾਰਟਸ ਉਹਦੀ ਪਲਾਂਟਸ ਦੀ ਠੀਕ ਹੈ ਜੀ ਉਹਦੀਆਂ ਲੀਵਸ ਨੇ ਉਹਦਾ ਫਰੂਟਸ ਹੈ ਉਹਦੇ ਫਲਾਰਸ ਨੇ ਉਹਦੀਆਂ ਬ੍ਰਾਂਚਿਸ ਨੇ ਅਸੀਂ ਪੌਦੇ ਦੇ ਵੱਖਰੇ ਵੱਖਰੇ ਭਾਗਾਂ ਨੂੰ ਖਾਂਦੇ ਹਾਂ ਅਤੇ ਕਈ ਵਾਰ ਕੀ ਹੁੰਦਾ ਜੀ ਅਸੀਂ ਪੌਦੇ ਦੇ ਸਾਰੇ ਭਾਗਾਂ ਨੂੰ ਖਾ ਲੈਂਦੇ ਹਾਂ ਪੱਤੇ ਵੀ ਖਾ ਲੈਂਦੇ ਹਾਂ ਤਣਾ ਵੀ ਖਾ ਲੈਂਦੇ ਹਾਂ ਜੜ੍ਹਾਂ ਵੀ ਖਾਂਦੇ ਹਾਂ ਠੀਕ ਹੈ ਜੀ ਫਲ ਵੀ ਖਾਂਦੇ ਅਤੇ ਫੁੱਲ ਵੀ ਖਾਂਦੇ ਹਾਂ ਅਸੀਂ ਇਹਨਾਂ ਬਾਰੇ ਪੜ੍ਹਾਂਗੇ ਕਿ ਪੌਦੇ ਦੇ ਕਿਹੜੇ ਕਿਹੜੇ ਭਾਗ ਨੂੰ ਅਸੀਂ ਖਾਂਦੇ ਹਾਂ ਹਾਂਜੀ ਅੱਗੋਂ ਗੱਲ ਕਰ ਰਹੇ ਹਾਂ ਜੀ ਡਿਫਰੈਂਟ ਪਾਰਟਸ ਆਫ ਪਲਾਂਟਸ ਦੈਟ ਵੀ ਈਟ ਅਸੀਂ ਪੌਦੇ ਦੇ ਕਿਹੜੇ ਕਿਹੜੇ ਭਾਗ ਨੂੰ ਖਾਂਦੇ ਹਾਂ ਉਹਨਾਂ ਬਾਰੇ ਪੜ੍ਹ ਰਹੇ ਹਾਂ ਨੰਬਰ 1 ਰੂਟਸ ਰੂਟਸ ਕੀ ਹੁੰਦੀਆਂ ਨੇ ਜੜ੍ਹਾਂ ਪੌਦੇ ਦੇ ਭਾਗ ਧਰਤੀ ਦੇ ਅੰਦਰ ਹੋਣ ਉਸਨੂੰ ਕਹਿੰਦੇ ਨੇ ਰੂਟਸ ਰੂਟਸ ਦੇ ਤੌਰ 'ਤੇ ਅਸੀਂ ਕੀ ਕੁਝ ਖਾਂਦੇ ਹਾਂ ਰੈਡਿਸ਼ ਕੈਰਟ ਬੀਟ ਟਰਨਿਪ ਜਿਵੇਂ ਕਿ ਜਿਹੜੀ ਚੀਜ਼ ਜ਼ਮੀਨ ਦੇ ਅੰਦਰ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਇਸ ਡਾਇਗਰਾਮ ਦੇ ਵਿੱਚ ਨਜ਼ਰ ਆ ਹੀ ਰਿਹਾ ਹੋਵੇਗਾ ਆਹ ਕੀ ਹੈ ਜੀ ਕੈਰਟ ਹੈ ਕੈਰਟ ਕੀ ਹੁੰਦੀ ਹੈ ਜੀ ਗਾਜਰ ਇਹ ਕੀ ਹੁੰਦੀ ਜ਼ਮੀਨ ਦੇ ਅੰਦਰ ਹੁੰਦੀ ਹੈ ਅਤੇ ਆਹ ਚੀਜ਼ ਪੋਸ਼ਨ ਦਾ ਗ੍ਰੀਨ ਕਲਰ ਹੁੰਦਾ ਇਹ ਬਾਹਰ ਪਾਇਆ ਜਾਂਦਾ ਇਸੇ ਤਰ੍ਹਾਂ ਰੈਡਿਸ਼ ਮੂਲੀ ਹੈ ਮੂਲੀ ਕਿੱਥੇ ਪਾਈ ਜਾਂਦੀ ਹੈ ਜ਼ਮੀਨ ਦੇ ਅੰਦਰ ਤੁਸੀਂ ਰੈਡਿਸ਼ ਨੂੰ ਜਦੋਂ ਖਾਂਦੇ ਹੋ ਮੂਲੀ ਖਾਂਦੇ ਹੋ ਜ਼ਮੀਨ 'ਚ ਪੁੱਟ ਕੇ ਖਾਂਦੇ ਉਹਨਾਂ ਨੂੰ ਠੀਕ ਹੈ ਜੀ ਜਦੋਂ ਪੁੱਟਦੇ ਹੋ ਤਾਂ ਧਾਗੇ ਬਣੇ ਹੁੰਦੇ ਨੇ ਜਿਹੜੀਆਂ ਕੀ ਹੁੰਦੀਆਂ ਨੇ ਜੜ੍ਹਾਂ ਹੁੰਦੀਆਂ ਨੇ ਅਤੇ ਆਹ ਜਿਹੜੀ ਗ੍ਰੀਨ ਚੀਜ਼ ਹੁੰਦੀ ਹੈ ਬਾਹਰ ਹੁੰਦੀ ਹੈ ਬੀਟ ਕੀ ਹੁੰਦੀ ਹੈ ਜੀ ਇਹ ਚੁਕੰਦਰ ਹੁੰਦੀ ਹੈ ਇਹ ਵੀ ਇਸ ਤਰ੍ਹਾਂ ਹੀ ਖਾਂਦੇ ਹਾਂ ਠੀਕ ਹੈ ਟਰਨਿਪ ਸ਼ਲਗਮ ਵੀ ਅਸੀਂ ਇਸ ਤਰ੍ਹਾਂ ਹੀ ਖਾਂਦੇ ਜੜ੍ਹਾਂ ਹੁੰਦੀਆਂ ਨੇ ਜ਼ਮੀਨ ਦੇ ਅੰਦਰ ਉੱਗਦਾ ਭਾਗ ਜਿਹੜਾ ਬਾਹਰ ਹੁੰਦਾ ਉਸਨੂੰ ਉਹ ਕੀ ਹੁੰਦਾ ਗ੍ਰੀਨ ਕਲਰ ਦਾ ਪਾਰਟਸ ਹੁੰਦਾ ਅਤੇ ਅਸੀਂ ਇਹ ਚੀਜ਼ ਨੂੰ ਖਾਂਦੇ ਨੇ ਉਹ ਕੀ ਹੋ ਗਿਆ ਸਾਡੀਆਂ ਰੂਟਸ ਹੋ ਗਈਆਂ ਅੱਗੋਂ ਗੱਲ ਕਰ ਰਹੇ ਹਾਂ ਜੀ ਸਟੈਂਪਸ ਤਣੇ ਜਿਹਦੇ ਗ੍ਰੀਨ ਓਨੀਅਨ ਹੋ ਗਿਆ ਸ਼ੂਗਰ ਕੇਨ ਹੋ ਗਿਆ ਪਟੈਟੋ ਗਾਰਲਿਕ ਗ੍ਰੀਨ ਓਨੀਅਨ ਕਿਹੜਾ ਹੁੰਦਾ ਜੀ ਹਰਾ ਪਿਆਜ਼ ਹਰੇ ਪਿਆਜ਼ ਜਿਹੜਾ ਉੱਪਰ ਵਾਲਾ ਪਾਰਟ ਹੁੰਦਾ ਹਰੇ ਕਲਰ ਦਾ ਉਹਨੂੰ ਅਸੀਂ ਸਲਾਦ ਦੇ ਤੌਰ 'ਤੇ ਖਾਂਦੇ ਹਾਂ ਜਾਂ ਸਬਜ਼ੀਆਂ 'ਚ ਪਾ ਕੇ ਖਾਂਦੇ ਹਾਂ ਸ਼ੂਗਰ ਕੇਨ ਗੰਨਾ ਗੰਨੇ ਦੀਆਂ ਜੜ੍ਹਾਂ ਜ਼ਮੀਨ 'ਚ ਹੁੰਦੀਆਂ ਨੇ ਉਸ ਉੱਪਰ ਪੱਤੇ ਜਿਹੜੇ ਹੁੰਦੇ ਨੇ ਉੱਪਰ ਲੱਗੇ ਹੁੰਦੇ ਨੇ ਜਿਹੜਾ ਵਿਚਕਾਰਲਾ ਪੋਰਸ਼ਨ ਹੁੰਦਾ ਉਸਨੂੰ ਅਸੀਂ ਚੂਸਦੇ ਜਾਂ ਖਾਂਦੇ ਹਾਂ ਠੀਕ ਹੈ ਜੀ ਪਟੈਟੋ ਇਸ ਤਰ੍ਹਾਂ ਹੀ ਹੋ ਗਿਆ ਜੀ ਆਪਣਾ ਗਾਰਲਿਕ ਵੀ ਇਸ ਤਰ੍ਹਾਂ ਹੀ ਹੁੰਦਾ ਲਸਣ ਵਗੈਰਾ ਆਲੂ ਵਗੈਰਾ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਸਟੈਂਪਸ ਖਾਂਦੇ ਹਾਂ ਲੀਵਸ ਪੱਤੇ ਪੌਦੇ ਦੇ ਭਾਗ ਦੇ ਜਿਹੜੇ ਪੱਤੇ ਖਾਂਦੇ ਹਾਂ ਜਿਹੜੇ ਫਰੂਟਸ ਆ ਵੈਜੀਟੇਬਲਸ ਏ ਉਹਨੂੰ ਕਹਿ ਰਹੇ ਹਾਂ ਜੀ ਜਿੱਦਾਂ ਸਪੈਨਿਚ ਹੋ ਗਿਆ ਪਾਲਕ ਹੋ ਗਈ ਕੈਬੇਜ ਠੀਕ ਹੈ ਜੀ ਬੰਦ ਗੋਭੀ ਹੋ ਗਈ ਸਾਡੀ ਫਲਾਰ ਉਹ ਬਨਾਨਾ ਹੋ ਗਿਆ ਠੀਕ ਹੈ ਜੀ ਪੌਦੇ ਦੇ ਭਾਗ ਦਾ ਉਹ ਪੱਤੇ ਹੁੰਦੇ ਜਿਹੜੇ ਅਸੀਂ ਉਹਨੂੰ ਖਾਂਦੇ ਹਾਂ ਉਹ ਸਾਰੀਆਂ ਚੀਜ਼ਾਂ ਕਿਹੜੀਆਂ ਨੇ ਪੱਤੇਦਾਰ ਚੀਜ਼ਾਂ ਹੁੰਦੀਆਂ ਜਿਹਨੂੰ ਅਸੀਂ ਖਾਂਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਫਲਾਰਸ ਕਿਹੜੇ ਹੁੰਦੇ ਨੇ ਕੋਲੀਫਲਾਰ ਬਰੋਕਲੀ ਰੋਜ਼ ਕੋਲੀਫਲਾਰ ਕੀ ਹੁੰਦਾ ਜੀ ਗੋਭੀ ਫੁੱਲ ਗੋਭੀ ਜਿਹਨੂੰ ਅਸੀਂ ਸਬਜ਼ੀਆਂ ਤੌਰ 'ਤੇ ਖਾਂਦੇ ਹਾਂ ਬਰੋਕਲੀ ਇਹ ਵੀ ਇੱਕ ਤਰ੍ਹਾਂ ਦੀ ਗੋਭੀ ਹੁੰਦੀ ਹੈ ਜਿਹੜੀ ਅਸੀਂ ਭੋਜਨ ਨੂੰ ਸਬਜ਼ੀਆਂ ਤੌਰ 'ਤੇ ਖਾਧਾ ਜਾਂਦਾ ਰੋਜ਼ ਰੋਜ਼ ਨੂੰ ਕੀ ਗੁਲਾਬ ਦਾ ਫੁੱਲ ਇਹਨੂੰ ਅਸੀਂ ਕੀ ਮਸਾਲਿਆਂ ਤੌਰ 'ਤੇ ਖਾਂਦੇ ਹਾਂ ਠੀਕ ਹੈ ਜੀ ਇਹ ਸਾਡੇ ਸੀ ਫਲਾਵਰਸ ਦੇ ਪਾਰਟਸ ਅਤੇ ਸੀਡਸ ਕੀ ਹੁੰਦੇ ਨੇ ਬੀਜ ਜਿਹੜੇ ਭੋਜਨ ਪਦਾਰਥ ਅਸੀਂ ਬੀਜਾਂ ਦੇ ਤੌਰ 'ਤੇ ਖਾਂਦੇ ਹਾਂ ਉਹ ਕਿੱਥੋਂ ਪ੍ਰਾਪਤ ਹੋਣੇ ਨੇ ਜੀ ਗ੍ਰੀਨ ਪਲਾਂਟਸ ਤੋਂ ਜਿਸ ਤਰ੍ਹਾਂ ਮੈਜ਼ੀ ਮਕਈ ਹੋ ਗਿਆ ਵੀਟ ਕਣਕ ਹੋ ਗਿਆ ਰਾਜਮਾਂਹ ਠੀਕ ਹੈ ਜੀ ਪੀਸ ਮਟਰ ਹੋ ਗਏ ਇਹ ਚੀਜ਼ਾਂ ਸਾਰੀਆਂ ਅਸੀਂ ਕਿੱਥੋਂ ਖਾਂਦੇ ਹਾਂ ਜੀ ਦਾਣੇ ਖਾਂਦੇ ਇਹਨਾਂ ਦੇ ਬੀਜ ਖਾਂਦੇ ਹਾਂ ਅਤੇ ਕਈ ਇਹੋ ਜਿਹੇ ਪਲਾਂਟਸ ਹੁੰਦੇ ਨੇ ਜਿਨ੍ਹਾਂ ਦੇ ਸੀਡਸ ਵੀ ਖਾਂਦੇ ਹਾਂ ਅਤੇ ਲੀਵਸ ਵੀ ਖਾਂਦੇ ਹਾਂ ਫੋਰ ਇਗਜ਼ਾਮਪਲ ਮਸਟਰਡ ਸੀਡਸ ਸਰੋਂ
ਸਰ੍ਹੋਂ ਦਾ ਸਾਗ ਵੀ ਖਾਧਾ ਜਾਂਦਾ ਅਤੇ ਸਰ੍ਹੋਂ ਦੇ ਬੀਜ ਵੀ ਖਾਧੇ ਜਾਂਦੇ ਨੇ, ਸਰ੍ਹੋਂ ਦਾ ਤੇਲ ਨਿਕਾਲ ਕੇ ਵੀ ਖਾਧਾ ਜਾਂਦਾ। ਇਹ ਸਨ ਸਾਰੀਆਂ ਕਿ ਜਿਹੜੇ ਪਲਾਂਟਸ ਹੁੰਦੇ ਨੇ ਉਹਨਾਂ ਦੇ ਪਾਰਟਸ ਕਿਹੜੇ ਕਿਹੜੇ ਤੌਰ 'ਤੇ ਅਸੀਂ ਖਾਣਾ ਖਾਂਦੇ ਹਾਂ। ਅਸੀਂ ਰੂਟਸ ਦੇ ਤੌਰ 'ਤੇ ਵੀ ਖਾਂਦੇ ਹਾਂ, ਕਈ ਵੈਜੀਟੇਬਲਸ ਜਾਂ ਫਰੂਟਸ ਨੂੰ, ਕਈ ਸਟੈਮਸ ਦੇ ਤੌਰ 'ਤੇ, ਕਈ ਲੀਵਸ, ਕੋਈ ਫਲਾਵਰਸ, ਕੋਈ ਸੀਡਸ। ਹਾਂਜੀ, ਅੱਗੋਂ ਗੱਲ ਕਰ ਰਹੇ ਹਾਂ ਅਸੀਂ ਐਕਟੀਵਿਟੀ ਨੰਬਰ 5। ਇਹਦੇ ਵਿੱਚ ਕੀ ਹੋਏਗਾ ਜੀ, ਐਕਟੀਵਿਟੀ ਨੰਬਰ 5 ਦੇ ਵਿੱਚ ਕੀ ਹੈ ਜੀ, ਟੇਕ ਸਮ ਡਰਾਈ ਸੀਡਸ ਆਫ ਮੂੰਗ ਔਰ ਚਨਾ ਇਨ ਆ ਕੰਟੇਨਰ ਫਿਲਡ ਵਿਦ ਵਾਟਰ ਐਂਡ ਲੀਵ ਦਿਸ ਅਸਾਈਡ ਫੋਰ ਅ ਡੇ। ਕਹਿੰਦਾ ਜੀ ਤੁਸੀਂ ਇੱਕ ਨਾ ਬਰਤਨ ਲਓ, ਉਹਦੇ ਵਿੱਚ ਤੁਸੀਂ ਨਾ ਸੁੱਕੇ ਮੂੰਗ ਦੇ ਬੀਜ, ਠੀਕ ਹੈ ਜੀ, ਜਾਂ ਚਨਾ ਛੋਲਿਆਂ ਦੇ ਬੀਜ ਨੂੰ ਪਾਓ, ਉਹਨਾਂ ਵਿੱਚ ਪਾਣੀ ਪਾ ਕੇ ਇਹਨੂੰ ਇੱਕ ਦਿਨ ਲਈ ਪੂਰਾ ਰੱਖ ਦਿਓ। ਨੈਕਸਟ ਡੇ ਡਰੇਨ ਦਾ ਵਾਟਰ ਕੰਪਲੀਟਲੀ ਐਂਡ ਰੈਪ ਦੈਮ ਏ ਵੈਟ ਕਲਾਉਥ। ਕਹਿੰਦਾ ਜੀ ਫਿਰ ਦੂਸਰੇ ਦਿਨ ਕੀ ਕਰੋ, ਉਹਨਾਂ ਵਿੱਚੋਂ ਪਾਣੀ ਕੱਢ ਦਿਓ ਬਾਹਰ, ਅਤੇ ਉਸਨੂੰ ਨਾ ਸਾਡੇ ਰੱਖੇ ਨੇ ਬੀਜ, ਮੂੰਗ ਦੇ ਬੀਜ ਰੱਖੇ ਨੇ ਜਾਂ ਛੋਲਿਆਂ ਦੇ ਬੀਜ ਰੱਖੇ ਨੇ, ਉਹਨਾਂ ਨੂੰ ਪੰਗਲੇ ਕੱਪੜੇ ਦੇ ਨਾਲ ਲਪੇਟ ਕੇ ਰੱਖ ਦਿਓ। ਇਹ ਸਮਾਲ ਵਾਈਟ ਸਟਰਕਚਰ ਮੇ ਹੈਵ ਗਰੋਨ ਆਊਟ ਆਫ ਸੀਡਸ। ਕਹਿੰਦਾ ਜੀ ਫਿਰ ਤੁਹਾਨੂੰ ਕੀ ਨਜ਼ਰ ਆਵੇਗਾ ਜੀ, ਇਹਨਾਂ ਬੀਜਾਂ ਦੇ ਵਿੱਚੋਂ ਇੱਕ ਨਾ ਚਿੱਟੇ ਚਿੱਟੇ ਰੰਗ ਦੇ ਧਾਗੇ ਨਜ਼ਰ ਆਉਣ ਲੱਗ ਜਾਣਗੇ। ਦ ਸੀਡਸ ਹੈਵ ਸਪਰਾਊਟਿਡ। ਕਹਿੰਦਾ ਜੀ ਸਾਡੇ ਸੀਡਸ ਕੀ ਹੋ ਗਏ ਨੇ, ਸਾਡੇ ਬੀਜ ਕੀ ਹੋ ਗਏ ਨੇ, ਪੁੰਗਰਨਾ ਸ਼ੁਰੂ ਹੋ ਗਏ ਨੇ। ਕਹਿੰਦੇ ਜੀ ਉਹ ਬੀਜ ਕੀ ਹੋ ਗਏ ਨੇ ਜੀ, ਉਹ ਪੁੰਗਰਨੇ ਸ਼ੁਰੂ ਹੋ ਗਏ ਨੇ। ਉਹ ਕਿੱਦਾਂ ਦੇ ਨਜ਼ਰ ਆਉਣਗੇ ਤੁਹਾਨੂੰ ਇਸ ਡਾਇਗਰਾਮ ਦੇ ਵਿੱਚ ਨਜ਼ਰ ਆ ਰਿਹਾ। ਆਹ ਕੀ ਨੇ ਜੀ, ਮੂੰਗ ਦੇ ਬੀਜ ਰੱਖੇ ਸੀ, ਠੀਕ ਹੈ ਜੀ, ਉਸ ਟਾਈਮ ਪੂਰੇ ਗਿੱਲੇ ਕਰਕੇ ਰੱਖੇ ਗਏ ਸੀ, ਤਾਂ ਉਹਨੂੰ ਵੇਖਿਆ ਕਿ ਆਹ ਧਾਗੇ ਨਜ਼ਰ ਆਉਣ ਲੱਗ ਪਏ ਉਹਨਾਂ ਨੂੰ। ਇਹਨਾਂ ਕੋਈ ਕਹਿੰਦੇ ਨੇ ਜੀ ਕਿ ਸਪਰਾਊਟਿਡ, ਕਿ ਬੀਜ ਪੁੰਗਰਨੇ ਸ਼ੁਰੂ ਹੋ ਗਏ ਨੇ। ਕਹਿੰਦਾ ਜੀ ਆਫਟਰ ਵਾਸ਼ਿੰਗ ਦਿਸ ਸਪਰਾਊਟਿਡ ਸੀਡਸ ਯੂ ਕੈਨ ਈਟ ਦੈਮ, ਦੇ ਕੈਨ ਆਲਸੋ ਬੀ ਬੋਇਲਡ ਤਰੀਕੇ ਨਾਲ, ਠੀਕ ਹੈ ਜੀ, ਅਤੇ ਤੁਹਾਡੇ ਵਾਸਤੇ ਜਿਹੜੇ ਸੀਡਸ ਬਣ ਗਏ ਨੇ ਸਪਰਾਊਟਿਡ ਸੀਡਸ, ਸਾਡੇ ਖਾਣੇ ਯੋਗ ਨੇ, ਇਹਨਾਂ ਤੁਸੀਂ ਉਬਾਲ ਕੇ ਖਾ ਸਕਦੇ ਹੋ ਜਾਂ ਕੋਈ ਵਧੀਆ ਤਰੀਕੇ ਨਾਲ ਮਸਾਲੇ ਪਾ ਲਓ ਜਾਂ ਭੁੰਨ ਕੇ ਖਾ ਸਕਦੇ ਹੋ, ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੇ। ਇਹ ਤਾਂ ਸੀ ਕਿ ਜਿਹੜੀ ਚੀਜ਼ ਅਸੀਂ ਐਨੀਮਲ, ਜਿਹੜੀ ਚੀਜ਼ ਅਸੀਂ ਪਲਾਂਟਸ ਤੋਂ ਪ੍ਰਾਪਤ ਕਰਦੇ ਹਾਂ। ਹੁਣ ਅਸੀਂ ਗੱਲ ਕਰ ਰਹੇ ਹਾਂ ਜੀ ਐਨੀਮਲ ਸੋਰਸਿਸ ਆਫ ਫੂਡ, ਕਿ ਕਿਹੜੇ ਕਿਹੜੇ ਉਹ ਸੋਮੇ ਹੋਣਗੇ ਭੋਜਨ ਦੇ ਜੋ ਅਸੀਂ ਜਾਨਵਰਾਂ ਤੋਂ ਪ੍ਰਾਪਤ ਕਰਦੇ ਹਾਂ। ਅਸੀਂ ਪਹਿਲਾਂ ਗੱਲ ਕੀਤੀ ਹੈ ਜੀ ਕਿ ਹਰੇ ਪੌਦਿਆਂ ਤੋਂ ਕਿਹੜਾ ਭੋਜਨ ਪ੍ਰਾਪਤ ਹੁੰਦਾ, ਹੁਣ ਗੱਲ ਕਰ ਰਹੇ ਹਾਂ ਜੀ ਉਹ ਕਿਹੜਾ ਭੋਜਨ ਪਦਾਰਥ ਹੋਏਗਾ ਜਿਹੜਾ ਸਾਨੂੰ ਜਾਨਵਰਾਂ ਤੋਂ ਪ੍ਰਾਪਤ ਹੋ ਰਿਹਾ। ਨੰਬਰ 1 ਮੀਟ। ਮੀਟ ਸਾਨੂੰ ਕਿੱਥੋਂ ਪ੍ਰਾਪਤ ਹੋ ਰਿਹਾ, ਜਾਨਵਰਾਂ ਤੋਂ। ਕਿਹੜੇ ਜਾਨਵਰਾਂ ਤੋਂ, ਗੋਟ, ਫਿਸ਼, ਹੈਨ, ਜਿਵੇਂ ਕਿ ਬੱਕਰੀ, ਮੱਛੀ ਹੋ ਗਿਆ, ਮੁਰਗੀ ਹੋ ਗਿਆ, ਇਹਨਾਂ ਤੋਂ ਸਾਨੂੰ ਕੀ ਪ੍ਰਾਪਤ ਹੋ ਰਿਹਾ, ਮੀਟ ਪ੍ਰਾਪਤ ਹੋ ਰਿਹਾ। ਨੰਬਰ 2 ਐਗਸ, ਆਂਡੇ, ਹੈਨ, ਡੱਕ, ਅਤੇ ਸਾਨੂੰ ਮੁਰਗੀ ਤੋਂ ਆਂਡੇ ਪ੍ਰਾਪਤ ਹੋ ਰਹੇ, ਤਾਂ ਕਿ ਬੱਤਖਾਂ ਦੇ ਵੀ ਆਂਡੇ ਖਾਂਦੇ ਨੇ। ਨੰਬਰ 3 ਮਿਲਕ, ਕਾਓ, ਬਫੈਲੋ ਐਂਡ ਗੋਟ, ਜਿਵੇਂ ਗਾਂ, ਮੱਝ, ਬੱਕਰੀ, ਸਾਨੂੰ ਕੀ ਪ੍ਰਾਪਤ ਹੋ ਰਿਹਾ, ਦੁੱਧ ਪ੍ਰਾਪਤ ਹੋ ਰਿਹਾ। ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਨੇ ਜੋ ਸਾਨੂੰ ਐਨੀਮਲਸ ਤੋਂ ਪ੍ਰਾਪਤ ਹੁੰਦੀਆਂ, ਜਿਵੇਂ ਹਨੀ, ਸ਼ਹਿਦ। ਇਟ ਇਜ਼ ਮੈਨੂਫੈਕਚਰਡ ਬਾਈ ਹਨੀ ਬੀਜ ਫਰੋਮ ਦਾ ਨੈਕਟਰ ਆਫ ਫਲਾਵਰ, ਇਟ ਕੰਟੇਨ ਸ਼ੂਗਰ, ਵਾਟਰ ਐਂਡ ਮਿਨਰਲਸ। ਕਹਿੰਦਾ ਜੀ ਹਨੀ ਸ਼ਹਿਦ ਕਿੱਥੋਂ ਪ੍ਰਾਪਤ ਹੋ ਰਿਹਾ, ਹਨੀ ਬੀਜ, ਸ਼ਹਿਦ ਦੀਆਂ ਮੱਖੀਆਂ ਤੋਂ। ਸ਼ਹਿਦ ਦੀਆਂ ਮੱਖੀਆਂ ਕੀ ਕਰਦੀਆਂ ਨੇ ਜੀ, ਨੈਕਟਰ ਕੀ ਹੁੰਦਾ, ਫਲਾਵਰਸ ਦਾ ਨੈਕਟਰ, ਕਿ ਫੁੱਲਾਂ ਦਾ ਰਸ ਨੂੰ ਆਪਣੇ ਅੰਦਰ ਚੂਸ ਲੈਂਦੀਆਂ ਨੇ। ਹਨੀ ਬੀਜ ਦੇ ਅੰਦਰ ਐਨਜ਼ਾਈਮਸ ਪਾਏ ਜਾਂਦੇ ਨੇ, ਠੀਕ ਹੈ ਜੀ, ਉਹ ਕੀ ਕਰਦੇ ਨੇ ਜੀ ਕਿ ਫੁੱਲਾਂ ਦੇ ਰਸ ਨੂੰ, ਨੈਕਟਰਸ ਨੂੰ ਆਪਣੇ ਅੰਦਰ ਅਬਜ਼ੋਰਬ ਕਰ ਲੈਂਦੀਆਂ ਨੇ, ਅਤੇ ਬਾਅਦ ਵਿੱਚ ਇਟ ਇਜ਼ ਸਟੋਰ ਇਨ ਹੀਵੇ, ਉਹਨੂੰ ਕਿੱਥੇ ਜਾ ਕੇ ਰੱਖਦੀਆਂ ਨੇ, ਜਿੱਥੇ ਕਿ ਉਹਨਾਂ ਦਾ ਛੱਤਾ ਲੱਗਾ ਹੁੰਦਾ, ਮਧੂਮੱਖੀ ਦਾ ਛੱਤਾ ਲੱਗਾ ਹੁੰਦਾ, ਉੱਥੇ ਜਾ ਕੇ ਇਹਨਾਂ ਨੂੰ ਸਟੋਰ ਕਰਕੇ ਰੱਖਦੀਆਂ ਨੇ। ਹਨੀ ਕੀ ਹੋ ਗਿਆ ਜੀ, ਸਾਡਾ ਲਿਕੁਇਡ ਫੂਡ ਹੋ ਗਿਆ, ਕਿੱਥੋਂ ਸਾਨੂੰ ਪ੍ਰਾਪਤ ਹੋ ਰਿਹਾ ਜੀ, ਜਾਨਵਰਾਂ ਤੋਂ ਪ੍ਰਾਪਤ ਹੋ ਰਿਹਾ ਹੈ। ਹਨੀ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਇਹਦਾ ਮੈਡੀਸਨਸ ਵੈਲਿਊ ਬਹੁਤ ਜ਼ਿਆਦਾ ਹਾਈ ਹੈ, ਇਹਦੀ ਕਈ ਮੈਡੀਸਨ ਵੀ ਬਣਦੀਆਂ ਨੇ, ਠੀਕ ਹੈ ਜੀ। ਇਹ ਤਾਂ ਗੱਲ ਕੀਤੀ ਸੀ ਐਨੀਮਲ ਸੋਰਸਿਸ, ਹੁਣ ਅੱਗੋਂ ਪੜ੍ਹ ਰਹੇ ਹਾਂ ਜੀ, ਵੱਟ ਡੂ ਐਨੀਮਲਸ ਈਟ, ਕਿ ਜਾਨਵਰ ਕੀ ਖਾਂਦੇ ਨੇ। ਜਾਨਵਰ ਸਾਨੂੰ ਭੋਜਨ ਦੇ ਪ੍ਰਾਪਤ ਹੋ ਰਿਹਾ, ਅਤੇ ਜਾਨਵਰ ਭੋਜਨ ਤਾਂ ਹੀ ਪ੍ਰਾਪਤ ਕਰਾਂਗੇ ਜੇਕਰ ਜਾਨਵਰ ਜਿੰਦੇ ਹੋਣਗੇ, ਜੇਕਰ ਉਹ ਵੀ ਖਾਣਾ ਖਾਣਗੇ, ਉਹ ਕਿਹੜਾ ਕਿਹੜਾ ਤਰ੍ਹਾਂ ਦਾ ਖਾਣਾ ਖਾਂਦੇ ਸੀ, ਇਹਨਾਂ ਬਾਰੇ ਪੜ੍ਹਾਂਗੇ। ਡਿਫਰੈਂਟ ਕਾਇੰਡ ਆਫ ਫੂਡ, ਕਹਿੰਦਾ ਜੀ ਜਾਨਵਰ ਵੀ ਵੱਖਰੇ ਵੱਖਰੇ ਤਰ੍ਹਾਂ ਦਾ ਖਾਣਾ ਖਾਂਦੇ ਨੇ। ਡਿਫਰੈਂਟ ਐਨੀਮਲਸ ਹੈਵ ਡਿਫਰੈਂਟ ਫੀਡਿੰਗ ਹੈਬਿਟਸ, ਕਹਿੰਦੀ ਕਈ ਜਾਨਵਰਾਂ ਦੇ, ਵੱਖਰੇ ਵੱਖਰੇ ਜਾਨਵਰਾਂ ਦੀਆਂ ਵੱਖਰੇ ਵੱਖਰੇ ਖਾਣ ਦੇ ਤਰੀਕੇ ਨੇ। ਸਮ ਐਨੀਮਲਸ ਈਟ ਗਰਾਸ, ਲੀਵਸ, ਮੀਟ ਐਕਸੈਟਰਾ, ਕਈ ਜਾਨਵਰ ਕੀ ਹੁੰਦੇ ਨੇ ਜੀ ਕਿ ਹਰੇ ਪੌਦੇ ਖਾਂਦੇ ਨੇ, ਪੱਤੇ ਖਾਂਦੇ ਨੇ, ਅਤੇ ਕਈ ਮੀਟ ਖਾਂਦੇ ਨੇ। ਇਸੇ ਤਰੀਕੇ ਨਾਲ ਅਸੀਂ ਜਾਨਵਰਾਂ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕੀਤਾ ਹੋਇਆ। ਨੰਬਰ 1 ਹਰਬੀਵਰਸ, ਨੰਬਰ 2 ਕਾਰਨੀਵਰਸ, ਨੰਬਰ 3 ਓਮਨੀਵਰਸ, ਠੀਕ ਹੈ ਜੀ। ਇਹਨਾਂ ਤਿੰਨ ਤਰੀਕੇ ਨੇ ਅਲੱਗ ਅਲੱਗ, ਇਹਨਾਂ ਤਿੰਨਾਂ ਤਰੀਕਿਆਂ ਨੂੰ ਜਾਨਵਰਾਂ ਨੂੰ ਅਲੱਗ ਅਲੱਗ ਕੈਟਾਗਰੀ 'ਚ ਡਿਵਾਈਡ ਕੀਤਾ ਹੋਇਆ। ਨੰਬਰ 1 ਹਰਬੀਵਰਸ, ਹਰਬੀ ਮੀਨਸ ਪਲਾਂਟ ਐਂਡ ਵਰਸ ਮੀਨ ਈਟਰਸ। ਹਰਬੀ ਦਾ ਕੀ ਮਤਲਬ ਹੈ ਜੀ, ਪੌਦੇ, ਅਤੇ ਵਰਸ ਮੀਨ ਹੁੰਦਾ ਖਾਣ। ਐਨੀਮਲਸ ਦੈਟ ਈਟ ਪਲਾਂਟ ਐਂਡ ਪਲਾਂਟ ਪ੍ਰੋਡਕਟਸ ਆਰ ਕਾਲਡ ਹਰਬੀਵਰਸ। ਜਿਹੜੇ ਜਾਨਵਰ ਇਕੱਲੇ ਹਰੇ ਪੌਦੇ ਜਾਂ ਹਰੇ ਪੌਦਿਆਂ ਦੇ ਭੋਜਨ ਪਦਾਰਥ ਨੂੰ ਖਾਂਦੇ ਨੇ, ਉਸਨੂੰ ਕੀ ਬੋਲਦੇ ਨੇ, ਹਰਬੀਵਰਸ। ਹਰਬੀਵਰਸ ਦਾ ਮਤਲਬ ਨਾ ਸ਼ਾਕਾਹਾਰੀ। ਫੋਰ ਐਗਜ਼ਾਮਪਲ, ਕਾਓ, ਹੋਰਸ, ਰੈਬਿਟ,
ਬਫੈਲੋ ਪੈਰਟ ਆਦਿ। ਕਹਿੰਦਾ ਜਿਸ ਤਰ੍ਹਾਂ ਜੀ ਮੰਨ ਲਓ ਗਾਵਾਂ ਨੇ, ਮੱਝਾਂ ਨੇ, ਖਰਗੋਸ਼ ਨੇ, ਇਹ ਕੀ ਖਾਂਦੇ ਨੇ ਜੀ? ਹਰੀਆਂ ਸਬਜ਼ੀਆਂ ਖਾਂਦੇ ਨੇ, ਠੀਕ ਹੈ ਜੀ। ਇਹਨਾਂ ਨੂੰ ਕੀ ਬੋਲਦੇ ਨੇ? ਹਰਬੀਵਰਸ ਬੋਲਦੇ ਨੇ। ਅੱਗੋਂ ਗੱਲ ਕਰ ਰਹੇ ਹਾਂ ਜੀ ਕਾਰਨੀਵਰਸ। ਕਾਰਨੀ ਮੀਨਸ ਮੀਟ ਐਂਡ ਵਰਸ ਮੀਨ ਈਟਰ। ਕਾਰਨੀ ਦਾ ਮਤਲਬ ਹੈ ਜੀ ਮੀਟ ਅਤੇ ਵਰਸ ਦਾ ਮਤਲਬ ਹੈ ਈਟਰ। ਦੇਅਰ ਆਰ ਸਮ ਐਨੀਮਲਸ ਵਿਚ ਈਟ ਅਦਰ ਐਨੀਮਲਸ ਆਰ ਕਾਲਡ ਕਾਰਨੀਵਰਸ। ਕਹਿੰਦਾ ਜੀ ਕਈ ਜਾਨਵਰ ਇਹੋ ਜਿਹੇ ਹੁੰਦੇ ਨੇ ਜਿਹੜੇ ਦੂਸਰੇ ਜਾਨਵਰਾਂ ਨੂੰ ਮਾਰ ਕੇ ਖਾਂਦੇ ਨੇ ਜਾਂ ਉਹਨਾਂ ਨੂੰ ਉਹਨਾਂ ਦਾ ਮਾਸ ਖਾਂਦੇ ਨੇ। ਉਹਨਾਂ ਨੂੰ ਕੀ ਆਖਿਆ ਜਾਂਦਾ? ਕਾਰਨੀਵਰਸ। ਕਾਰਨੀਵਰਸ ਦਾ ਮਤਲਬ ਮਾਸਾਹਾਰੀ। ਫੋਰ ਐਗਜ਼ਾਮਪਲ ਫੋਕਸ, ਟਾਈਗਰ, ਲੋਇਨ ਐਕਸੈਟਰਾ। ਜਿਵੇਂ ਕਿ ਕਹਿੰਦੇ ਆ ਜੀ ਕਿ ਫੋਕਸ ਹੋ ਗਈ, ਲੂੰਬੜੀ ਹੋ ਗਈ, ਠੀਕ ਹੈ ਜੀ, ਟਾਈਗਰ ਹੋ ਗਿਆ, ਚੀਤਾ ਹੋ ਗਿਆ, ਸ਼ੇਰ ਆਦਿ। ਇਹ ਸਾਰੀ ਚੀਜ਼ਾਂ ਕੀ ਨੇ ਜੀ? ਸਾਡੀਆਂ ਕਾਰਨੀਵਰਸ ਹੋਣਗੀਆਂ। ਨੰਬਰ 1 ਮੀਟ, ਨੰਬਰ 2 ਐੱਗ, ਨੰਬਰ 3 ਮਿਲਕ, ਨੰਬਰ 4 ਰਾਈਸ। ਹਾਂਜੀ, ਥਰਡ ਕੁਐਸਚਨ ਕੀ ਹੈ ਜੀ? ਹਨੀ ਇਜ਼ ਪ੍ਰਪੇਅਰਡ ਬਾਏ ਡੈਸ਼। ਕਹਿੰਦਾ ਜੀ ਹਨੀ, ਸ਼ਹਿਦ, ਸਾਨੂੰ ਸ਼ਹਿਦ ਕਿੱਥੋਂ ਪ੍ਰਾਪਤ ਹੁੰਦਾ? ਨੰਬਰ 1 ਹਨੀ ਬੀਸ, ਨੰਬਰ 2 ਕਾਓ, ਨੰਬਰ 3 ਬੀਅਰ, ਨੰਬਰ 4 ਨਨ ਆਫ ਦਿਸ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਚੌਥਾ ਹਿਊਮਨ ਬੀਂਗਸ ਆਰ। ਕਹਿੰਦਾ ਹਿਊਮਨ ਬੀਂਗਸ ਨੂੰ ਕੀ ਮੰਨਾਂਗੇ? ਨੰਬਰ 1 ਹਰਬੀਵਰਸ, ਨੰਬਰ 2 ਕਾਰਨੀਵਰਸ, ਨੰਬਰ 3 ਓਮਨੀਵਰਸ, ਨੰਬਰ 4 ਆਲ ਆਫ ਦਿਸ। ਤੁਹਾਨੂੰ ਚਾਰਾਂ ਜਿਹੜਾ ਪੁਆਇੰਟ ਸਹੀ ਲੱਗਦਾ ਤੁਸੀਂ ਉਹਦੇ ਅੱਗੇ ਟਿੱਕ ਲਗਾ ਸਕਦੇ ਹੋ। ਪੰਜਵਾਂ ਕੁਐਸਚਨ ਲੋਇਨ ਐਂਡ ਟਾਈਗਰ ਆਰ ਡੈਸ਼। ਕਿ ਲੋਇਨ ਅਤੇ ਟਾਈਗਰ ਨੂੰ ਅਸੀਂ ਕੀ ਮੰਨ ਸਕਦੇ ਹਾਂ? ਨੰਬਰ 1 ਹਰਬੀਵਰਸ, ਨੰਬਰ 2 ਕਾਰਨੀਵਰਸ, ਨੰਬਰ 3 ਓਮਨੀਵਰਸ, ਨੰਬਰ 4 ਆਲ ਆਫ ਦਿਸ। ਇਹ ਸਾਰੀ ਵੀਡੀਓ ਨੂੰ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਵੇਖੋ, ਸੁਣੋ ਅਤੇ ਪੜ੍ਹੋ, ਤੁਹਾਨੂੰ ਆਪਣੇ ਆਪ ਇਹਨਾਂ ਸਾਰਿਆਂ ਦੇ ਆਂਸਰ ਮਿਲ ਜਾਣਗੇ। ਆਂਸਰ ਬੜੇ ਸਿੰਪਲ ਨੇ, ਠੀਕ ਹੈ ਜੀ। ਇਸ ਵੀਡੀਓ ਤੁਸੀਂ ਬਾਰ ਬਾਰ ਸੁਣੋਗੇ, ਤੁਹਾਨੂੰ ਆਪਣੇ ਆਪ ਇਹਨਾਂ ਦੇ ਆਂਸਰ ਮਿਲ ਜਾਣਗੇ। ਹਾਂਜੀ, ਇਹ ਸਾਰੇ ਕੁਐਸਚਨ ਤੁਸੀਂ ਆਪਣੀ ਸਾਇੰਸ ਦੀ ਫੇਅਰ ਕਾਪੀ 'ਤੇ ਕਰਨੇ ਨੇ। ਥੈਂਕ ਯੂ ਬੇਟਾ ਜੀ।